ਹਾਂਜੀ ਭਾਈ ਜੀ, ਕੀ ਨਾਮ ਹੈ? ਮੇਰਾ ਨਾਮ ਰੁਪਿੰਦਰ ਸਿੰਘ ਜੀ, ਪਿੰਡ ਦਦਾਰੇ ਵਾਲਾ ਜੀ। ਕੀ ਮਾਮਲਾ ਹੈ ਜੀ ਅੱਜ ਜਿਹੜਾ ਤੁਸੀਂ ਮੀਡੀਆ ਨਾਲ ਰਾਬਤਾ ਕੀਤਾ ਹੈ, ਕੀ ਮਸਲਾ ਹੈ? ਮਾਮਲਾ ਜੀ, ਅਸੀਂ ਪਿੰਡ ਦਦਾਰੇ ਵਾਲੇ ਤੇ ਪੱਤੂ ਦਦਾਰੇ ਵਾਲੇ ਤੋਂ ਦੋ ਕੈਂਡੀਡੇਟ ਖੜਾਏ ਸੀ ਸਰਪੰਚੀ ਦੇ ਵਿੱਚ ਝਾੜੂ ਵਾਲਿਆਂ ਦੇ ਵਿਰੋਧੀ। ਇੱਕ ਤਾਂ ਇੱਧਰ ਖੜੇ ਮਨਪ੍ਰੀਤ ਕੌਰ, ਆਹ ਪੱਤੂ ਦਦਾਰੇ ਵਾਲੇ ਦੇ ਹੈਗੇ ਆ ਜੀ। ਇਹ ਦੋਨਾਂ ਦੇ ਇਹਨਾਂ ਨੇ ਅਸੀਂ ਕਾਗਜ਼ ਵਾਪਸ ਨਹੀਂ ਲਏ, ਕਹਿੰਦੇ ਤੁਸੀਂ ਕਾਗਜ਼ ਵਾਪਸ ਲਏ, ਅਸੀਂ ਚੋਣ ਨਿਸ਼ਾਨ ਲੈਣ ਆਏ ਸੀ। ਇਹ ਦੋਨੇ ਖੜੇ ਕੈਂਡੀਡੇਟ ਸੀ, ਕਹਿੰਦੇ ਕੋਈ ਕਾਗਜ਼ ਵਾਪਸ ਨਹੀਂ ਆਇਆ, ਇਹਨਾਂ ਕੋਈ ਜਾਲੀ ਸਾਈਨ ਕਰਾ ਕੇ, ਮਤਲਬ ਇਹ ਕਹਿ ਰਹੇ ਵੀ ਤੁਸੀਂ ਕਾਗਜ਼ ਵਾਪਸ ਲੈ ਲਏ, ਜਿਹੜੇ ਝਾੜੂ ਵਾਲੇ ਦੇ ਦੋਨੇ ਕੈਂਡੀਡੇਟ ਆ ਉਹ ਅਸੀਂ ਜੇਤੂ ਕਰਾਰ ਦਿੱਤੇ। ਅਸੀਂ ਮੰਗ ਕਰਦੇ ਵੀ ਸਾਨੂੰ ਦਿਖਾਓ ਸਾਡੇ ਜਾਂ ਸਾਈਨ ਵਗੈਰਾ ਦਿਖਾਓ ਜਾਂ ਕੈਂਡੀਡੇਟਾਂ ਦੇ ਦਿਖਾਓ, ਕਿਹੜੀ ਚੀਜ਼ ਨਾਲ ਤੁਸੀਂ ਵਾਪਸ ਅਸੀਂ ਕਾਗਜ਼ ਲਏ ਆ, ਉਹ ਸਾਡਾ ਕੋਈ ਜਵਾਬ ਨਹੀਂ ਦੇ ਰਹੇ ਅੰਦਰੋਂ। ਕੈਂਡੀਡੇਟਾਂ ਨੇ ਕਾਗਜ਼ ਵਾਪਸ ਕੋਈ ਵਾਪਸ ਨਹੀਂ ਲਿਆ ਜੀ? ਨਹੀਂ, ਆਹ ਸਾਡੇ ਮੇਰੇ ਨਾਲ ਆਏ ਆ ਕੈਂਡੀਡੇਟ ਦੋਨੇ ਖੜੇ ਆ ਜੀ। ਅਧਿਕਾਰੀਆਂ ਦਾ ਕੀ ਕਹਿਣਾ ਹੈ? ਅਧਿਕਾਰੀ ਕੀ ਕਹਿੰਦੇ? ਉਹ ਤਾਂ ਕਹਿੰਦੇ ਤੁਸੀਂ ਵਾਪਸ ਲਏ ਜੀ, ਅਸੀਂ ਤਾਂ ਲਏ ਨਹੀਂ ਅਸੀਂ ਕੋਈ ਵਾਪਸ। ਤੁਸੀਂ ਆਪਣੇ ਇਹਨਾਂ ਦੇ ਸਾਈਨ ਦੇਖੇ ਆ ਉੱਥੇ ਜਿਹੜੇ? ਦਿਖਾ ਨਹੀਂ ਰਹੇ ਜੀ, ਕਹਿੰਦੇ ਸਾਨੂੰ ਦਿਖਾ ਨਹੀਂ ਰਹੇ ਜੀ, ਕੋਈ ਕੋਈ ਕਾਗਜ਼ ਸਾਨੂੰ ਦਿਖਾ ਨਹੀਂ ਰਹੇ ਜੀ। ਪਰਚੀਆਂ ਸਾਡੇ ਕੋਲ ਨਹੀਂ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਕਹਿੰਦੇ ਸਾਨੂੰ ਦੁਬਾਰਾ ਇਹ ਬਹਾਲ ਕੀਤੇ ਜਾਣ, ਚੋਣ ਕਰਾਈ ਜਾਵੇ ਜੀ। ਸ਼ੱਕ ਤਾਂ ਸਾਨੂੰ ਝਾੜੂ ਵਾਲਿਆਂ ਦੇ ਜੀ, ਸਾਡਾ ਜ਼ਿਲ੍ਹਾ ਪ੍ਰਧਾਨ ਆ ਸਾਡੇ ਪਿੰਡ ਵੀ। ਅੱਜ ਤੋਂ 2 ਦਿਨ ਪਹਿਲਾਂ ਮੈਨੂੰ ਉਹਦਾ ਵੀ ਚਾਹਦਾ ਝਾੜੂ ਦਾ ਪੱਲਾ ਫੜ ਲਾ, ਤੈਨੂੰ ਸਰਪੰਚ ਮੈਂ ਮੰਨ ਲੈਣਾ ਪਿੰਡ ਦਾ। ਕੌਣ ਕਹਿੰਦਾ? ਹਰਮਨ ਸਿੰਘ ਜੀ, ਚੇਅਰਮੈਨ ਗਦਾਰੇ ਵਾਲੇ ਦਾ ਜੀ। ਅਸੀਂ ਕਿਹਾ ਜੀ ਨਹੀਂ, ਅਸੀਂ ਇਹ ਗਦਾਰੀ ਨਹੀਂ ਕਰਨੀ ਗੀ, ਅਸੀਂ ਪਿੰਡ ਨਾਲ ਗਦਾਰੀ ਨਹੀਂ ਕਰਨੀ ਗੀ। ਹਾਂਜੀ, ਜਿੱਥੇ ਖੜੇ ਆ ਅਸੀਂ ਉੱਥੇ ਖੜੇ ਆ। ਅੱਜ ਕੀ ਹੋਇਆ ਇੱਥੇ? ਅੱਜ ਹੋਇਆ ਜੀ, ਪਹਿਲਾਂ ਸਾਡੇ 2 ਕਾਗਜ਼ ਭਰੇ ਹੋਏ ਸੀ, ਇੱਕ ਮੇਰੀ ਕੁੜੀ ਦੇ ਕਾਗਜ਼ ਭਰੇ ਸੀ ਮਗਰ, ਤੇ ਇੱਕ ਮੇਰੇ ਘਰ ਦੀ ਦੇ ਕਾਗਜ਼ ਭਰੇ ਸੀ। ਕੁੜੀ ਨੂੰ ਮੈਂ 12 ਵਜੇ ਲੈ ਕੇ ਆਇਆ, ਉਹਦੇ ਕਾਗਜ਼ ਵਾਪਸ ਕਰਾ ਕੇ ਲੈ ਕੇ ਗਿਆ। ਇਹਨਾਂ ਨੂੰ 3 ਵਜੇ ਲੈ ਕੇ ਆਇਆ ਚੋਣ ਨਿਸ਼ਾਨ ਲੈਣ ਲਈ, ਦੂਜੇ ਮੈਂ ਆਪਦੇ ਘਰਦਿਆਂ ਨੂੰ ਇੱਥੇ ਆਉਂਦੇ, ਤੁਹਾਡੇ ਦਾ ਆਖੇ ਚੋਣ ਹੀ ਰੱਦ ਹੋ ਗਈ, ਕਾਗਜ਼ ਹੀ ਵਾਪਸ ਲੈ ਲਿਆ ਦੇ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ, ਚੋਣ ਕਰਾਈ ਜਾਵੇ। ਹਾਂਜੀ ਭੈਣ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਜ ਆਖਰੀ ਤਰੀਕ ਸੀ ਜਿਹੜੇ ਚੋਣ ਨਿਸ਼ਾਨ ਦਿੱਤੇ ਜਾ ਰਹੇ ਸੀ, ਜਿਹੜਾ ਇਹ ਮਸਲਾ ਖੜਾ ਹੋਇਆ ਪਿੰਡ ਦਦਾਰੇ ਵਾਲੇ ਨੂੰ ਲੈ ਕੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਾਈ ਜੀ, ਇੰਨਾ ਗੰਦ ਜਿੰਨਾ ਇਸ ਵਾਰੀ ਜਿਹੜੀ ਮੌਜੂਦਾ ਸਰਕਾਰ, ਆਮ ਪਾਰਟੀ ਦੀ ਸਰਕਾਰ ਆ, ਜਿੰਨਾ ਗੰਦ ਇਸ ਵਾਰੀ ਪਾਇਆ ਅਸੀਂ ਨੀ ਜ਼ਿੰਦਗੀ ਚ ਦੇਖਿਆ। ਇੰਨਾ ਚਿਰ ਹੋ ਗਿਆ ਸਿਆਸਤ ਦੇ ਵਿੱਚ, ਪਹਿਲੀ ਵਾਰੀ ਹੋਇਆ ਜਿਹੜਾ ਕੁਛ ਇੱਥੇ ਹੋ ਰਿਹਾ ਆ। ਦਦਾਰੇ ਵਾਲੇ ਪਿੰਡ ਦੇ ਜਿਹੜੇ ਸਰਪੰਚੀ ਦੇ ਉਮੀਦਵਾਰ ਸੀਗੇ, ਉਹਨਾਂ ਨੇ ਕਾਗਜ਼ ਜਮ੍ਹਾਂ ਕਰਾਏ ਆ, ਅੱਜ ਵਾਪਸੀ ਦੀ ਤਰੀਕ ਸੀਗੀ, ਉਹ ਆਪਦੇ ਕਾਗਜ਼ ਜਿਹੜੇ ਉਹਨਾਂ ਨੇ ਵਾਪਸ ਨਹੀਂ ਲਏ ਹੈਗੇ। 2 ਨੰਬਰ ਦਾ ਜਿਹੜਾ ਉਹਨਾਂ ਦਾ ਕੈਂਡੀਡੇਟ ਸੀਗਾ ਤਜਵੀਜ਼ ਕਰਤਾ, ਉਹਦੇ ਕਾਗਜ਼ ਵਾਪਸ ਉਹ ਸਵੇਰੇ ਲੈ ਗਏ ਆ, ਉਦੋਂ ਬਾਅਦ ਚ ਉਹਨਾਂ ਨੇ ਆਪਦੇ ਕਾਗਜ਼ ਵਾਪਸ ਨਹੀਂ ਲਏ। ਇਹ ਕਹਿ ਰਹੇ ਆ ਤੁਸੀਂ ਆਪਦੇ ਕਾਗਜ਼ ਵਾਪਸ ਲੈ ਲਏ ਆ, ਜੇ ਅਸੀਂ ਇਹਨਾਂ ਨੇ ਕਾਗਜ਼ ਵਾਪਸ ਲਏ ਆ, ਇਹਨਾਂ ਦੇ ਸਾਈਨ ਦਿਖਾਉਣ, ਇਹਨਾਂ ਦੇ ਸਾਈਨ ਜਿਹੜੇ ਹੈਗੇ ਆ ਮੈਚ ਕਰਨ, ਸਾਨੂੰ ਪ੍ਰੂਫ ਦੇਣ ਵੀ ਇਹਨਾਂ ਨੇ ਕਾਗਜ਼ ਵਾਪਸ ਲਏ। ਜਦੋਂ ਇਹ ਇੱਥੇ ਆਏ ਨਹੀਂ, ਇਹਨਾਂ ਦੇ ਕਾਗਜ਼ ਵਾਪਸ ਕਿਵੇਂ ਹੋ ਗਏ? ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਇਹਨਾਂ ਨੂੰ ਇੱਥੇ ਇਨਸਾਫ਼ ਦਿੱਤਾ ਜਾਵੇ, ਇਹਨਾਂ ਨੂੰ ਚੋਣ ਨਿਸ਼ਾਨ ਆ ਜਿਹੜਾ ਅਲਾਟ ਕੀਤਾ ਜਾਵੇ, ਇਹੀ ਸਾਡੀ ਮੰਗ ਆ। ਦੇਖੋ ਪਿੰਡ ਦਦਾਰੇ ਵਾਲਾ ਅਸੀਂ ਕੀ ਕਹਿਣਾ, ਸਿੱਧਾ ਕੰਮ ਹੀ ਆ, ਸਿੱਧਾ ਤੁਸੀਂ ਵੀ ਜਾਣਦੇ ਹੋ, ਸਿੱਧਾ ਹੀ ਆ ਬੰਦਾ ਜਿਹੜਾ ਹੈਗਾ, ਤੁਹਾਨੂੰ ਵੀ ਪਤਾ ਵੀ ਕੌਣ ਅਸੀਂ ਨਾਲ ਲੈ ਕੇ ਕੀ ਕਰਨਾ। ਬੀਬੀਆਂ ਨੂੰ ਪੁੱਛੋ ਜਿਹਨਾਂ ਦੇ ਲੈ ਕੇ ਗਏ, ਇਹਨਾਂ ਦੇ ਪਿੰਡ ਦਾ ਬੰਦਾ ਉਹ, ਪੁੱਛੋ ਤੁਸੀਂ ਇਹਨਾਂ ਨੂੰ। ਅਸੀਂ ਤਾਂ ਤੁਹਾਡੇ ਰਾਹੀਂ, ਮੀਡੀਆ ਰਾਹੀਂ ਇਹ ਪੰਜਾਬ ਸਰਕਾਰ ਤੱਕ ਦੱਸਣਾ ਚਾਹੁੰਦੇ ਹਾਂ, ਸਾਡੇ ਪ੍ਰਸ਼ਾਸਨ ਨੂੰ, ਸਾਡੇ ਡੀਸੀ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਵੀ ਇੰਨਾ ਧੱਕਾ ਤਾਂ ਅਸੀਂ ਦੇਖਿਆ ਹੀ ਨਹੀਂ ਹੈਗਾ। ਇੰਨੀਆਂ ਸਰਕਾਰਾਂ ਆਈਆਂ, ਅਸੀਂ ਨਹੀਂ ਧੱਕਾ ਦੇਖਿਆ, ਇਹ ਕਾਂਗਰਸ ਆਈ, ਸ਼੍ਰੋਮਣੀ ਅਕਾਲੀ ਦਲ ਰਿਹਾ ਆ, ਪਰ ਇੰਨਾ ਧੱਕਾ? ਪਹਿਲੀ ਵਾਰੀ ਇਹੋ ਜਿਹੀ ਇਹਨਾਂ ਦੀ ਸਰਕਾਰ ਆਈ ਹੈ, ਇਹਨਾਂ ਨੂੰ ਐਂ ਲੱਗਦਾ ਵੀ ਦੁਬਾਰਾ ਅਸੀਂ ਚੋਣਾਂ ਲੜਨੀਆਂ ਹੀ ਨਹੀਂ, ਇਹੀ ਆ ਫਿਰ ਇਹਨਾਂ ਨੇ ਲੜਨੀਆਂ ਹੀ ਨਹੀਂ। ਲੋਕ ਇਹਨਾਂ ਨੂੰ ਫਤਵਾ ਦੇਣਗੇ, ਲੋਕ ਇਹਨਾਂ ਨੂੰ ਦੱਸਣਗੇ ਕਿਵੇਂ ਕਾਗਜ਼ ਪਾੜ ਕੇ ਸਿੱਟੀ ਦੀ ਆ, ਕਿਵੇਂ ਲੋਕਾਂ ਦੇ ਕਾਗਜ਼ ਰੱਦ ਕਰਾਏ ਜਾਂਦੇ, ਲੋਕ ਹੀ ਦੱਸਣਗੇ ਇਹਨਾਂ ਨੂੰ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ, ਇਹਨਾਂ ਨੂੰ ਨਿਸ਼ਾਨ ਅਲਾਟ ਕੀਤਾ ਜਾਵੇ, ਸਾਡੀ ਇਹੀ ਮੰਗ ਆ। ਇਹ ਚੋਣ ਲੜਨਗੇ, ਖੜੇ ਆ ਮੈਦਾਨ ਦੇ ਵਿੱਚ, ਇਹਨਾਂ ਨੂੰ ਨਿਸ਼ਾਨ ਦਿੱਤਾ ਜਾਵੇ ਤਾਂ ਕਿ ਆਪਦੀ ਚੋਣ ਦੀ ਅੱਗੇ ਕਾਰਵਾਈ ਕਰ ਸਕਣ। ਜੇ ਨਹੀਂ ਸੀ ਹੋਇਆ, ਮੈਂ ਇਸ ਗੱਲ ਦੀ ਪ੍ਰਸ਼ਾਸਨ ਨੂੰ ਵੀ ਵਧਾਈ ਦਿੱਤੀ ਸੀ, ਕਿਉਂਕਿ ਪਰਸੋਂ ਰਾਤ ਨੂੰ ਸਾਨੂੰ ਇਹ ਲੱਗਦਾ ਸੀਗਾ ਵੀ ਸ਼ਾਇਦ ਕਾਗਜ਼ ਰੱਦ ਹੋਣਗੇ,
ਪਰ ਚਲੋ ਮੈਂ ਡੀ ਸਾਹਿਬ ਨਾਲ ਗੱਲ ਕੀਤੀ, ADC ਸਾਹਿਬ ਨਾਲ ਗੱਲ ਕੀਤੀ, ਫਿਰ SSP ਸਾਹਿਬ ਨਾਲ ਮੇਰੀ ਗੱਲ ਹੋਈ, ਮੈਂ ਹਰਿਦੁਆਰ ਸੀ ਉਸ ਦਿਨ, ਪਰ ਐਵੇਂ ਕਦੀ ਪ੍ਰਸ਼ਾਸਨ ਨੇ ਸਾਥ ਦਿੱਤਾ ਕੋਈ ਰੱਦ ਨਹੀਂ ਹੋਏ। ਪਰ ਅੱਜ ਤੁਹਾਨੂੰ ਹੋਣੀ ਗੱਲ ਹੋ ਗਈ ਯਾਰ, ਬੰਦੇ ਨੇ ਕਾਗਜ਼ ਹੀ ਨਹੀਂ ਵਾਪਸ ਲਏ, ਆਪ ਹੀ ਸਾਈਨ ਕਰਕੇ ਉਹਦੇ ਵਾਪਸ ਲੈ ਲਏ। ਇਹ ਯਾਰ ਇਹ ਕਿਹੜੀ ਮਰਦਾਨਗੀ ਹੈ ਯਾਰ, ਤੇ ਦੋਨਾਂ ਪਿੰਡਾਂ ਦੇ ਪੱਤੋਦਾਰ ਵਾਲਾ ਤੇ ਦਾਰੇ ਵਾਲਾ। ਪਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ, ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ, ਇੰਨੀ ਬੁਰੀ ਤਰ੍ਹਾਂ ਚੜਾਵਾਂਗੇ ਵੀ ਨਾਨਕੇ ਯਾਦ ਕਰਾ ਦਿਆਂਗੇ, ਦੱਸ ਦਿਆਂਗੇ ਅਕਾਲੀ ਦਲ ਕੀ ਹੁੰਦਾ। ਇਸ ਕਰਕੇ ਬੇਨਤੀ ਆ, ਚੋਣ ਨਿਰਪੱਖਤਾ ਨਾ ਕਰਾ ਦਿਓ। ਜੇ ਜਿੱਤ ਹਾਰਾ ਤਾਂ ਬਾਅਦ ਦੀਆਂ ਗੱਲਾਂ ਯਾਰ, ਇਹ ਤਾਂ ਹਾਰੇ ਦਾ ਪ੍ਰਕਾਸ਼ ਬਾਦਲ ਵੀ ਹਾਰ ਗਿਆ ਸੀ, ਐਡੀ ਕਿਹੜੀ ਗੱਲ ਆ, ਕੈਪਟਨ ਅਮਰਿੰਦਰ ਸਿੰਘ ਵੀ ਹਾਰ ਗਿਆ ਸੀ, ਇਹ ਨਹੀਂ ਗੱਲਾਂ ਹੁੰਦੀਆਂ। ਜਿੱਤ ਹਾਰਾ ਲੋਕਾਂ ਨੇ ਦੇਣੀ ਆ ਆਪਾਂ ਨੂੰ। ਤੁਸੀਂ ਹੁਣ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਆ ਵੀ ਇਲੈਕਸ਼ਨ ਪ੍ਰੀਸੋਲ ਕਰਾਈ ਜਾਵੇ, ਜਿਹੜੇ ਨਜਾਇਜ਼ ਕੰਮ ਕੀਤਾ ਵਾਪਸ ਹੋਏ ਨਹੀਂ। ਹਾਈ ਕੋਰਟ ਦੇ ਵਿੱਚ ਇੰਨੀ ਬੁਰੀ ਹਾਲ ਹੋਊਗੀ, ਕਿਉਂਕਿ ਦੇਖੋ ਕਾਗਜ਼ ਨਾ ਭਰਦਾ ਉਹ ਬੰਦੇ ਕਹਿ ਸਕਦੇ ਸੀ ਵੀ ਕਾਗਜ਼ ਭਰ ਨਹੀਂ ਆਏ, ਪਰ ਜਦੋਂ ਵਾਪਸ ਲਏ ਜਿਹੜੇ ਬੰਦੇ ਦੇ ਸਾਈਨ, ਉਹ ਕਹੂਗਾ ਮੇਰੇ ਸਾਈਨ ਹੀ ਨਹੀਂ ਹੈ, ਮੈਂ ਕਰੇ ਹੀ ਨਹੀਂ ਹੈ। ਕਿੱਥੋਂ ਉਹਦੀ ਤਸੱਲੀ, ਕਿਵੇਂ ਤਸੱਲੀ ਕਰਾਉਣਗੇ ਇਹ, ਕਾਹਦੇ ਨਾਲ ਤਸੱਲੀ ਕਰਾਉਣਗੇ ਇਹ? ਤੁਹਾਨੂੰ ਕੀ ਲੱਗਦਾ ਵੀ ਇਹ ਕਲੈਰੀਕਲ ਮਿਸਟੇਕ ਹੈ ਜਾਂ ਇਹ ਜਾਣ ਕੋਈ ਕਲੈਰੀਕਲ ਮਿਸਟੇਕ ਨਹੀਂ, ਦੂਜਿਆਂ ਪਿੰਡਾਂ ਦੀ ਨਹੀਂ ਹੋਈ? ਕਿਹਨੇ ਕਰਵਾਇਆ? ਆਮ ਆਦਮੀ ਵੀ ਪਾਰਟੀ ਕਰਾਊਗੀ, ਹੋਰ ਕੌਣ ਕਰਾਊਗੀ? ਸਰਕਾਰ ਕਰਾ ਰਹੀ ਹੈ, ਸਰਕਾਰ ਦੇ ਜ਼ਿਲ੍ਹਾ ਪ੍ਰਧਾਨ ਆ ਮੁੰਡਾ ਪਿੰਡ ਦਾ, ਉਹ ਕਰਾਈ ਜਾਂਦਾ। ਮੈਂ ਕਹਿੰਦਾ ਲੜਾਈ ਲੜੇ ਯਾਰ ਇਲੈਕਸ਼ਨ ਦੀ, ਅੱਗੇ ਅੱਗੇ ਲੋਕਾਂ ਨੇ ਉਹਨੂੰ ਸਰਪੰਚ ਬਣਾਇਆ, ਕਿੱਡੀ ਗੱਲ ਆ, ਕਿ ਨਹੀਂ ਬਣਾਇਆ ਦੱਸੋ। ਫਿਰ ਹੁਣ ਯਕੀਨ ਨਹੀਂ ਲੋਕਾਂ ਤੇ, ਹੁਣ ਤਾਂ ਸਰਕਾਰ ਆਪਦੀ, ਇਹ ਤਾਂ ਸਰਕਾਰ ਨੂੰ ਮਿਸਟੇਕ ਹੋਈ ਆ ਜਿਹੜੀ ਤੁਹਾਡੇ ਮੇਰੇ। ਇਸ ਕਰਕੇ ਬੇਨਤੀ ਕਰਦਾ ਮੈਂ ਤੁਹਾਡੇ ਮੀਡੀਅਮ ਰਾਹੀਂ, ਜਿੱਦਾਂ ਹੋ ਸਕਿਆ ਜ਼ੋਰ ਲਾਵਾਂਗੇ, ਅਕਾਲੀ ਦਲ ਦਾ ਲੀਗਲ ਪੈਨਲ ਵੀ ਬਣਾਇਆ ਵਾ ਸਾਡਾ ਇਸ ਕੰਮ ਨੂੰ, ਤੇ ਅਫਸਰਾਂ ਨੂੰ ਮਹਿੰਗਾ ਪੈਣਾ ਜਲਸਾ, ਕਿਸੇ ਨੇ ਸਾਥ ਨਹੀਂ ਦੇਣਾ, ਮੁੜ ਕੇ ਭੁਲੇਖਾ ਕੱਢ ਦੇਣ। ਬਹੁਤ ਹੀ ਮੰਦਭਾਗੀ ਗੱਲ ਹੈ, ਅੱਜ ਬਿਲਕੁਲ ਸ਼ਰੇਆਮ ਸਾਬਤ ਹੋ ਗਿਆ ਵੀ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ। ਬੜੇ ਹੀ ਉਤਸ਼ਾਹ ਦੇ ਨਾਲ ਜਿਹੜੇ ਕੈਂਡੀਡੇਟ ਚੋਣਾਂ, ਜਿਹੜੀਆਂ ਪੰਚਾਇਤ ਦੀਆਂ ਚੋਣਾਂ 15 ਅਕਤੂਬਰ 2024 ਨੂੰ ਹੋਣ ਜਾ ਰਹੀਆਂ ਸੀ, ਉਤਸ਼ਾਹ ਨਾਲ ਆਪਣੇ ਆਪਣੇ ਕੈਂਡੀਡੇਟ ਨੂੰ ਨਾਮਜ਼ਦਗੀ ਪੱਤਰ ਭਰੇ ਸੀ। ਇਹ ਸਾਡਾ ਪਿੰਡ ਜਿਹੜਾ ਹੈਗਾ, ਸਾਬਕਾ ਜਥੇਦਾਰ ਚੋਤਾ ਸਿੰਘ ਜੀ ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਰਹੇ, ਬਹੁਤ ਹੀ ਵਧੀਆ ਪਿੰਡ ਆ ਸਾਡਾ, ਪਿੰਡ 'ਚ ਬੜਾ ਇਤਫਾਕ ਹੈ, ਦੋ ਪਿੰਡ ਨੇ, ਵੋਟ ਥੋੜ੍ਹੀ ਹੈ। ਇੱਕ ਪਿੰਡ ਨੂੰ ਪੱਤੋ ਦੀਦਾਰ ਸਿੰਘ ਵਾਲੇ ਨਾਲ ਜਾਣਿਆ ਜਾਂਦਾ, ਦੂਜੇ ਨੂੰ ਪੱਤੋ ਦੀਦਾਰ ਸਿੰਘ ਨਾਲ ਜਾਣਿਆ ਜਾਂਦਾ। ਜਿਹੜਾ ਪੱਤੋ ਦੀਦਾਰ ਸਿੰਘ ਹੈ ਜੀ, ਉੱਧਰ ਇੱਕ ਜਿਹੜੀ ਚੋਣ ਹੈ ਉਹ ਜਨਰਲ ਵੁਮੈਨ ਵਾਸਤੇ ਰਿਜ਼ਰਵ ਹੋਈ ਸੀ, ਅਤੇ ਦੀਦਾਰ ਸਿੰਘ ਵਾਲੇ ਦੇ ਵਿੱਚ ਜਿਹੜੀ ਸਰਪੰਚ ਦੀ ਜਿਹੜੀ ਹੈਗੀ ਹੈ ਪਦ ਜਿਹੜੀ ਹੈਗੇ ਆ, ਇਹ ਵੁਮੈਨ ਵਾਸਤੇ SC ਭਾਈਚਾਰੇ ਦੀ ਰਿਜ਼ਰਵ ਹੋਈ ਸੀ। ਕਾਗਜ਼ ਭਰੇ ਗਏ, ਕੱਲ੍ਹ RO ਸਾਹਿਬ ਨੇ ਲਿਸਟਾਂ ਜਾਰੀ ਕਰਤੀਆਂ, ਜਿਹਦੇ ਵਿੱਚ ਸਾਡੇ ਕੈਂਡੀਡੇਟਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਸੀ ਉਹ ਮਨਜ਼ੂਰ ਕਰ ਲਏ ਗਏ, ਲਿਸਟਾਂ ਸਾਡੇ ਕੋਲ ਆ। ਇਸ ਬਾਰੇ ਸਾਨੂੰ ਪਹਿਲਾਂ ਹੀ ਖਾਸਾ ਸੀ ਕਿ ਤੇ ਜਿਹੜੀ ਮੌਜੂਦਾ ਸਰਕਾਰ ਹੈ ਉਹਦਾ ਇੱਕ ਪ੍ਰਧਾਨ ਹੈ ਜੀ ਸਾਡੇ ਪਿੰਡ ਦਾ, ਉਹ ਪਹਿਲਾਂ ਹੀ ਸ਼ਰੇਆਮ ਪਿੰਡ ਦੇ ਵਿੱਚ ਬੋਲ ਰਿਹਾ ਸੀ ਕਿ ਐਤਕੀ ਮੈਂ ਚੋਣ ਜਿੱਤਣੀ ਆ ਬਾਏ ਹੁੱਕ ਐਂਡ ਕਰੁੱਕ, ਜੋ ਮਰਜ਼ੀ ਹੋ ਜੇ, ਜਾਂ ਮੈਂ ਕਾਗਜ਼ ਰੱਦ ਕਰਾਊਂਗਾ, ਜਾਂ ਮੈਂ ਚੋਰੀ ਕਰੂੰਗਾ, ਜਾਂ ਮੈਂ ਚੱਕ ਕੇ ਫਾੜੂੰਗਾ। ਜਿਹਦੇ ਖਾਸੇ ਦੇ ਸੰਬੰਧ ਵਿੱਚ ਅਸੀਂ ਪਹਿਲਾਂ ਹੀ ਇਸ ਬਾਰੇ ਕਾਗਜ਼ ਭਰਨ ਦੇ ਨਾਲ ਮਾਨਯੋਗ ਚੋਣ ਕਮਿਸ਼ਨਰ, ਸੈਕਟਰੀ ਚੋਣ ਕਮਿਸ਼ਨ, DC ਸਾਹਿਬ ਮੋਗਾ, SDM ਸਾਹਿਬ ਨਿਹਾਲ ਸਿੰਘ ਵਾਲਾ, RO ਜਿਹੜੇ ਹੈਗੇ ਆ ਰਿਟਰਨਿੰਗ ਅਫਸਰ ਆ, ਉਹਨਾਂ ਨੂੰ ਅਸੀਂ
ਮੇਲਾਂ ਦੇ ਰਾਹੀਂ ਪਹਿਲਾਂ ਹੀ ਹਰ ਕੈਂਡੀਡੇਟ ਨੇ ਇਹ ਖਾਲਸਾ ਜਿਹੜਾ ਆਪਦਾ ਜ਼ਾਹਰ ਕਰਦੇ ਹੋਇਆ ਚਿੱਠੀ ਪੱਤਰ ਭੇਜਤਾ ਸੀ ਵੀ ਸਾਡੇ ਨਾਲ ਆਹ ਜਿਹੜੀ ਘਟਨਾ ਹੋਣੀ ਹੈ ਉਹ ਅੱਜ ਹੋ ਗਈ ਹੈ ਜੀ। ਅਸੀਂ ਅੱਜ ਪੂਰੇ ਦਿਨ ਤੋਂ BDPO ਦਫ਼ਤਰ ਦੇ ਬਾਹਰ ਆਪਣੇ ਚੋਣ ਨਿਸ਼ਾਨ ਦਾ ਇੰਤਜ਼ਾਰ ਕਰ ਰਹੇ ਸੀ। ਇੱਥੇ ਹੁਣ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ, ਨਾ ਤਾਂ ਕੋਈ ਅੰਦਰੋਂ ਕੋਈ BDPO ਗੱਲ ਕਰ ਰਿਹਾ, ਨਾ ਕੋਈ ਰਿਟਰਨਿੰਗ ਗੱਲ ਅਫਸਰ ਗੱਲ ਕਰ ਰਿਹਾ, ਨਾ ਕੋਈ ਸਾਡੀ ਕੋਈ ਹੋਰ ਸੁਣ ਰਿਹਾ। ਪੁਲਿਸ ਲਾ ਕੇ ਦਰਵਾਜ਼ੇ ਬੰਦ ਕੀਤੇ ਹੋਏ ਆ। ਜੇ ਕਿਸੇ ਨੂੰ ਕਹੀਦਾ ਕਹਿੰਦੇ 5 ਮਿੰਟ ਰੁਕ ਜਾਓ, ਦੂਜਾ ਕਹਿੰਦਾ 10 ਮਿੰਟ ਰੁਕ ਜਾਓ। ਸਾਨੂੰ ਨਾ ਕੋਈ ਸਾਡੇ ਕਾਗਜ਼ ਦਿਖਾਏ ਜਾ ਰਹੇ, ਨਾ ਸਾਨੂੰ ਕੋਈ ਨਿਸ਼ਾਨ ਚੋਣ ਨਿਸ਼ਾਨ ਦਿੱਤਾ ਜਾ ਰਿਹਾ, ਜਿਹਦੇ ਨਾਲ ਜਿਹੜਾ ਇਹ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ। ਹੁਣ ਸਾਡਾ ਇਹੀ ਸਰਕਾਰ ਨੂੰ ਅਪੀਲ ਹੈ ਵੀ ਇਹੋ ਜਿਹੇ ਕੰਮ ਨਾ ਕਰੋ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਿੰਡਾਂ ਦੇ ਵਿੱਚ ਭਾਈਚਾਰਾ ਜਿਹੜਾ ਹੈਗਾ ਬਣਿਆ ਰਹਿਣ ਦਿਓ, ਪਿੰਡਾਂ ਦੇ ਵਿੱਚ ਲੜਾਈਆਂ ਨਾ ਪਾਓ। ਜਿਹੜੀ ਚੋਣ ਹੈ ਉਹ ਹਰ ਇੱਕ ਬੰਦੇ ਦਾ ਅਧਿਕਾਰ ਹੈ, ਲੜਨ ਦਾ, ਵੋਟ ਪਾਉਣ ਦਾ ਹਰ ਇੱਕ ਦਾ ਆਪਣਾ ਅਧਿਕਾਰ ਹੈ। ਵੋਟਰ ਕੋਲ ਇਹੀ ਅਧਿਕਾਰ ਹੈ ਜਿਹੜਾ ਉਹ ਆਪਣੇ ਪਸੰਦ ਦਾ ਕੈਂਡੀਡੇਟ ਚੁਣੇ। ਔਰ ਹੁਣ ਇਹਨਾਂ ਲੋਕਾਂ ਨੇ ਮਤਲਬ ਇਸ ਚੀਜ਼ ਨੂੰ ਬਿਜ਼ਨਸ ਬਣਾ ਲਿਆ ਕਿ ਜੋ ਅਸੀਂ ਕਹਾਂਗੇ ਉਹੀ ਹੋਊਗਾ, ਜੋ ਅਸੀਂ ਚਾਹੁੰਦੇ ਹਾਂ ਉਹੀ ਹੋਊਗਾ, ਕੋਈ ਕਿਸੇ ਦੇ ਕਾਗਜ਼ ਅਸੀਂ ਫੜ ਨਹੀਂ ਦੇਣੇ, ਅਸੀਂ ਕਿਸੇ ਨੂੰ ਚੋਣ ਨਹੀਂ ਲੜਨੀ। ਹੁਣ ਇੱਥੇ ਸ਼ਰੇਆਮ ਇਹ ਦੱਸਿਆ ਜਾ ਰਿਹਾ ਕਿ ਸਣੇ ਪੰਚ ਸਰਪੰਚ ਦੇ ਸਾਰੇ ਕਾਗਜ਼ ਅਸੀਂ ਚੋਰੀ ਕਰਕੇ ਲੈ ਗਏ ਹਾਂ, ਅਸੀਂ ਪਿੰਡ 'ਚ ਕੋਈ ਚੋਣ ਨਹੀਂ ਹੋਣ ਦੇਣੀ, ਸਾਡੇ ਸਰਪੰਚ ਤਾਂ ਡਿਕਲੇਅਰ ਹੈ। ਹੁਣ ਨਾ ਕੋਈ ਸਾਡਾ ਇੱਥੇ ਕੋਈ ਉੱਚ ਅਧਿਕਾਰੀ ਆਇਆ, ਨਾ ਕੋਈ ਸਾਡੀ ਉੱਚ ਅਧਿਕਾਰੀ ਕੋਈ ਗੱਲ ਸੁਣ ਰਿਹਾ, ਜੇ ਕੋਈ ਟੈਲੀਫੋਨ 'ਤੇ ਸੰਪਰਕ ਕਰਦੇ ਹਾਂ ਉਹ ਵੀ ਗੱਲ ਨਹੀਂ ਸੁਣ ਰਹੇ। ਹੁਣ ਅਸੀਂ ਜਿਹੜੇ ਮਾਣਯੋਗ ਚੋਣ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਸੂਚਿਤ ਕਰ ਰਹੇ ਹਾਂ ਕਿ ਇਸ ਚੀਜ਼ ਦਾ ਜਲਦੀ ਤੋਂ ਜਲਦੀ ਜਿਹੜਾ ਕੋਗਨੀਅੰਸ ਲਿਆ ਜਾਵੇ, ਜਲਦੀ ਤੋਂ ਜਲਦੀ ਇੱਥੇ ਜਿਹੜਾ ਜ਼ਿੰਮੇਵਾਰ ਅਫਸਰ ਭੇਜਿਆ ਜਾਵੇ, ਨਹੀਂ ਤਾਂ ਇੱਥੇ ਕੋਈ ਵੱਡਾ ਖਾਦਸਾ ਹੋ ਸਕਦਾ, ਜਾਨੀ ਮਾਨੀ ਨੁਕਸਾਨ ਹੋ ਸਕਦਾ, ਹੋ ਸਕਦਾ ਸਾਡੇ ਉੱਤੇ ਇਹ ਲਾਠੀਚਾਰਜ ਵੀ ਕਰਵਾ ਦੇ। ਸਾਡੇ ਨਾਲ ਲੇਡੀਜ਼ ਹੈਗੀਆਂ ਇੱਥੇ, ਕੈਂਡੀਡੇਟ ਖੜ੍ਹੇ ਨੇ ਇਸ ਟਾਈਮ, ਇਸ ਹਨੇਰੇ ਦੇ ਵਿੱਚ ਹੁਣ ਅਸੀਂ ਇੱਥੇ ਇੰਤਜ਼ਾਰ ਕਰ ਰਹੇ, ਇੱਥੇ ਕੋਈ ਨਹੀਂ ਆ ਰਿਹਾ। ਇਹ ਸ਼ਰੇਆਮ ਸਾਡੇ ਨਾਲ ਧੱਕਾ ਹੈ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਆਮ ਘਰਾਂ ਦੇ ਲੋਕ ਹੈ, ਅਸੀਂ ਆਮ ਤਰੀਕੇ ਨਾਲ ਚੱਲਾਂਗੇ, ਅਸੀਂ ਲੋਕਾਂ ਨੂੰ ਵਿਸ਼ਵਾਸ ਦੇਵਾਂਗੇ, ਇਹ ਕਰਾਂਗੇ, ਵੋ ਕਰਾਂਗੇ, ਉਹ ਸਭ ਝੂਠੇ ਹੈ, ਬਿਲਕੁਲ ਝੂਠੇ ਵਾਅਦੇ ਕੀਤੇ ਹੋਏ ਲੋਕਾਂ ਨਾਲ। ਇੱਥੇ ਤਾਂ ਕਾਗਜ਼ਾਂ ਦੀ ਬਾਰੇ ਸਾਡੀ ਸੁਣਵਾਈ ਹੈ ਨਹੀਂ, ਤਾਂ ਹੋਰ ਤੁਹਾਨੂੰ ਇੱਥੇ ਗਾਂ ਉਮੀਦ ਕੀ ਮਿਲੂਗੀ ਸਾਨੂੰ। ਲੇਕਿਨ ਮੈਂ ਇੱਕ ਤੁਹਾਡੇ ਮੀਡੀਆ ਰਾਹੀਂ ਇਹ ਗੱਲ ਦੱਸਣਾ ਚਾਹੁੰਦਾ, DC ਸਾਹਿਬ ਨੂੰ, ਚੋਣ ਕਮਿਸ਼ਨ ਨੂੰ, ਸਰਕਾਰ ਨੂੰ, ਚੀਫ ਸੈਕਟਰੀ ਪੰਜਾਬ ਨੂੰ, ਕਿ ਜੇ ਇਸ ਤਰ੍ਹਾਂ ਸਾਡੇ ਨਾਲ ਧੱਕਾ ਹੋਇਆ ਅਸੀਂ ਮਾਣਯੋਗ ਹਾਈਕੋਰਟ ਤੱਕ ਵੀ ਪਹੁੰਚ ਕਰਾਂਗੇ। ਮਾਣਯੋਗ ਜਿਹੜੀ ਹਾਈਕੋਰਟ ਹੈ ਸਾਡੀ, ਅਸੀਂ ਉੱਥੇ ਰਿੱਟ ਪਾਵਾਂਗੇ। ਉਹਦੇ ਵਾਸਤੇ ਜਿਹੜੇ ਰਿਟਰਨਿੰਗ ਅਫਸਰ ਹੈ ਜਾਂ ਹੋਰ ਮੌਕੇ ਦੇ ਅਫਸਰ ਹੈ ਜਾਂ ਵੱਡੇ ਆ ਸਾਰੇ ਚੋਣ ਕਮਿਸ਼ਨ ਹੈ, ਉਹ ਸਾਰਿਆਂ ਦੇ ਖਿਲਾਫ ਅਸੀਂ ਬਾਏ ਨੇਮ ਰਿੱਟਾਂ ਪਾਵਾਂਗੇ, ਉਹਨਾਂ ਨੂੰ ਹਾਈਕੋਰਟ 'ਚ ਲੈ ਕੇ ਜਾਵਾਂਗੇ। ਇਹ ਹੁਣ ਇੱਥੇ ਜਿਹੜਾ ਹੈਗਾ ਸ਼ਰੇਆਮ ਇਹ ਕਿਹਾ ਜਾ ਰਿਹਾ ਵੀ ਤੁਸੀਂ ਤਾਂ ਫਾਈਲਾਂ ਆਪਣੀਆਂ ਵਾਪਸ ਲੈ ਗਏ, ਵੀ ਤੁਸੀਂ ਇੱਕ ਲਿਸਟ ਲਾਤੀ, ਲਿਸਟ ਦੇ ਮੁਤਾਬਕ ਸਾਡੇ ਕੈਂਡੀਡੇਟ ਜਿਹੜੇ ਸਾਰੇ ਉਹਨਾਂ ਦੀਆਂ ਪ੍ਰਵਾਨ ਕਰ ਲਏ, ਪੱਤਰ ਨਾਮਜ਼ਦਗੀ ਪੱਤਰ ਪ੍ਰਵਾਨ ਕਰ ਲਏ। ਉਹ ਕਿਹੜਾ ਬੰਦਾ ਹੈ ਜਿਹੜਾ, ਮੈਂ ਸਮਝਦਾ ਵੀ ਜਿਹੜਾ ਬੰਦੇ ਨੇ ਆਪਣੇ ਕਾਗਜ਼ ਭਰੇ ਆ, 4-5 ਦਿਨ ਤੋਂ ਅਸੀਂ ਇੱਥੇ ਭੁੱਖੇ ਧਿਆਣੇ ਆਉਂਦੇ ਹਾਂ, ਅਤੇ ਉਹ ਕਿਹੜਾ ਬੰਦਾ ਜਿਹੜਾ ਆਪਦੇ ਪੇਪਰ ਪਾਸ ਹੋਣ ਤੋਂ ਬਾਅਦ ਵਾਪਸ ਲੈ ਗਿਆ? ਕੈਂਡੀਡੇਟ ਤਾਂ ਇੱਥੇ ਖੜ੍ਹੇ ਆ, ਕੈਂਡੀਡੇਟ ਇੱਥੇ ਜਿਹੜੇ ਹੈਗੇ ਚੋਣ ਨਿਸ਼ਾਨ ਦੀ ਉਡੀਕ ਕਰ ਰਹੇ। ਇੱਥੇ ਮੈਂ ਦੇਖਿਆ ਹੋਰ ਵੀ ਕਈ ਪਿੰਡਾਂ ਦੇ ਲੋਕ ਜਿਹੜੇ ਧੱਕੇ ਖਾ ਰਹੇ ਆ, ਕੋਈ ਇੱਥੇ ਸੁਣਵਾਈ ਨਹੀਂ, ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ, ਉਲਟਾ ਪੁਲਿਸ ਲਾਤੀ ਹੈ, ਪੁਲਿਸ ਜਿਹੜੀ ਸਾਨੂੰ ਦਬਕੇ ਮਾਰ ਰਹੀ ਹੈ ਵੀ ਭੱਜੋ ਇੱਥੇ, ਨਹੀਂ ਤਾਂ ਲਾਠੀਚਾਰਜ ਕਰਾਂਗੇ।